ਮੈਂ ਜੀ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ। ਮੈਂ ਜਿਵੇਂ ਕਿ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਆਰਟਿਸਟ ਤੇ ਗਲਾਸ ਮਾਰਿਆ ਗਿਆ, ਇਸ ਨਾਲ ਪੁਲਿਸ ਨੇ ਮੁਕਦਮਾ ਦਰਜ ਕੀਤਾ। ਇਹ ਗਲਤ ਹੋਇਆ ਜੀ, ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ, ਕਿਉਂਕਿ 10 ਸੈਕਿੰਡ ਦੀ ਵੀਡੀਓ ਦੇਖੀ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ, ਗਲਤ ਹੈ। 10 ਸੈਕਿੰਡ ਦੀ ਵੀਡੀਓ ਚ ਕੁਛ ਨੀ ਪਤਾ ਲੱਗਦਾ। ਉੱਥੇ ਜਿਹੜੇ ਪੈਲਸ ਚ ਫੰਕਸ਼ਨ ਸੀ, ਉੱਥੇ ਕੈਮਰਾਜ਼ ਲੱਗੇ ਹੋਏ ਆ, ਉਹ ਕੈਮਰਾਜ਼ ਦੀ ਵੀਡੀਓ ਕਢਾਓ। ਸੁਣਨ ਚ ਆਇਆ, ਮੈਂ ਉੱਥੇ ਔਨ ਦੀ ਸਪੋਟ ਉੱਥੇ ਪ੍ਰੈਜੈਂਟ ਨਹੀਂ ਸੀਗੀ, ਕਿ ਉਹਨੇ ਮਾਈਕ ਚ ਪਹਿਲੇ ਆਡੀਅੰਸ ਨੂੰ ਬਹੁਤ ਕੁਛ ਬੋਲਿਆ ਹੈ, ਠੀਕ ਹੈ। ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ, ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ, ਕਿਉਂਕਿ ਅਸੀਂ ਉਸ ਟਾਈਮ 20-25 ਮੈਂਬਰ ਆ, ਉਹ ਪੂਰੀ ਬਰਾਤ ਹੈ, ਹੈ ਨਾ। ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ, ਜਿਨ੍ਹਾਂ ਨੇ ਮਤਲਬ ਫਿਰ ਵੀ ਕਿਹਾ, ਭੈਣੇ ਤੂੰ ਚਲੀ ਜਾ, ਪੇਮੈਂਟ ਵੀ ਦੇਤੀ ਉਹਨਾਂ ਦੇ ਹੱਥ, ਤੇ ਗਲਤ ਹੋਇਆ। ਗਾਲੀ ਗਲੋਚ ਦਾ ਮਤਲਬ ਨਹੀਂ ਸੀ। ਲਾਡੀ ਗਿੱਲ ਭਾਜੀ ਉਹਨੂੰ ਬਚਾ ਵੀ ਰਹੇ ਕਿ ਤੂੰ ਛੱਡ, ਲੜਾਈ ਨਹੀਂ ਕਰਨੀ। ਫਿਰ ਇੱਕ ਇੰਟਰਵਿਊ ਚੋਂ ਕਹਿ ਰਹੀ ਹੈ ਆਰਗਨਾਈਜ਼ਰ, ਸਾਡੀ ਸੇਫਟੀ ਨਹੀਂ ਕਰਦੇ, ਹੈ ਨਾ। ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ, 200-250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ, ਤੇ ਅਸੀਂ ਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ। ਅਗਰ ਆਰਗਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਕੱਲੇ ਬਚ ਕੇ ਆ ਜਾਵਾਂਗੇ ਜੀ ਉੱਥੋਂ? ਤੁਸੀਂ ਵੀ ਸਮਝਦਾਰ ਹੋ। ਮਾਹੌਲ ਖਰਾਬ ਹੋ ਜਾਂਦੇ ਨੇ, ਫੰਕਸ਼ਨ ਖਰਾਬ ਹੋ ਜਾਂਦੇ ਨੇ। ਬਿਲਕੁਲ ਜੀ, ਅਸੀਂ ਤਾਂ ਹੀ ਸਾਰੇ ਜਾਣੇ ਇਕੱਠੇ ਹੋ ਕੇ, ਪੰਜਾਬ ਪ੍ਰਧਾਨ ਸੁਖਸ਼ੇਰਪੁਰ, ਸਰਪ੍ਰਸਤ ਸਾਡੇ ਲਾਡੀ ਵੀਰ ਜੀ, ਅਸੀਂ ਸਾਰੇ ਤਾਂ ਹੀ ਇੱਥੇ ਸਾਰੇ ਇਕੱਠੇ ਹੋਏ ਹਾਂ ਕਿ ਇਹ ਕੰਮ ਖਰਾਬ ਹੋ ਰਿਹਾ, ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ। ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ, ਘੱਟ ਨਹੀਂ ਰਿਹਾ। ਹਲੋ, ਸਾਨੂੰ ਫੈਮਲੀਆਂ ਫੰਕਸ਼ਨ ਨਹੀਂ, ਡਰਦੀਆਂ ਮਾਰੀਆਂ ਨਹੀਂ ਬੁੱਕ ਕਰਾਉਣਗੀਆਂ ਜੀ, ਕਿ ਸਾਡੇ ਘਰ ਦੇ ਵਿੱਚ ਕੱਲ ਨੂੰ ਲੜਾਈ ਝਗੜਾ ਹੋਊਗਾ। ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਹੈ ਜੀ। ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ, ਅਸੀਂ ਠੀਕ ਆ ਜੀ। ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ। ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਦੀ ਹੈ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ, ਏਦਾਂ ਨੀ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ। ਜੋ ਮੈਨੇਜਰ ਆ ਉਹਦੇ ਅਮਨਜੀਤ, ਠੀਕ ਆ, ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲਬਾਤ ਹੋਈ ਆ। ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ। ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ, ਕੱਲਾ ਕੱਲਾ ਸਾਡਾ ਮੈਂਬਰ, ਅਸੀਂ ਉਹਨੂੰ ਹਰ ਇੱਕ ਗੱਲ ਪੁੱਛੀ। ਉਹਨਾਂ ਨੇ ਇਹੀ ਗੱਲ ਕਹੀ ਹੈ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ, ਪਾਰਟੀ ਨੇ ਠੀਕ ਹੈ ਜੀ, ਅੱਛਾ ਉਹਨਾਂ ਨੇ ਪੇਮੈਂਟ ਦੇ ਦਿੱਤੀ ਸੀ, ਠੀਕ ਹੈ। ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ। ਦੇਖੋ, ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਕੁ ਵਾਰ ਗਾਲੀ ਗਲੋਚ ਕਰ ਲਓ ਤੇ ਕਿੰਨੀ ਕੁ ਵਾਰ ਉਹ ਬਰਦਾਸ਼ਤ ਕਰ ਲਓ। ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਬਣੇ। ਕੀ ਕੋਈ ਜਿਹੜਾ ਪਰਫਾਰਮਰ ਹੁੰਦਾ, ਚਾਹੇ ਉਹ ਲੇਡੀ ਹੋਵੇ ਚਾਹੇ ਫੀਮੇਲ ਮੇਲ ਹੋਵੇ, ਡਰਿੰਕ ਕਰਨ ਤੋਂ ਬਾਅਦ ਕੀ ਤੁਸੀਂ ਉਹਨੂੰ ਸਟੇਜ ਤੇ ਅਲਾਓ ਕਰਦੇ ਹੋ? ਭਾਈ ਦੇਖੋ, ਅਸੀਂ ਨਹੀਂ ਚਾਹੁੰਦੇ, ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ। ਦੇਖੋ, ਆਰਗੇਨਾਈਜ਼ਰ ਸਟੇਜ ਤੇ ਹੁੰਦਾ, ਦੇਖੋ ਕਿੰਨੀ ਪਾਰਟੀ ਬੈਠੀ ਹੁੰਦੀ ਆ, ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨੂੰ, ਉਸ ਬਾਰੇ ਕੁਛ ਨਹੀਂ ਪਤਾ ਠੀਕ ਹੈ ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ। ਦੇਖੋ, ਉਹ ਤਾਂ ਉਦੋਂ ਬਾਅਦ ਪਤਾ ਲੱਗਦਾ ਹੈ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਵੀ ਭਾਈ ਉਹਨੇ ਡਰਿੰਕ ਕੀਤੀ। ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ, ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ। ਇੱਕ 10 ਸਕਿੰਟ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ, ਠੀਕ ਹੈ ਜੀ। ਬਿਲਕੁਲ ਜੀ, ਬਿਲਕੁਲ ਖੜੇ ਆ ਜੀ ਅਸੀਂ, ਪੂਰੀ ਪੰਜਾਬ ਟੀਮ ਇੱਥੇ ਖੜੀ ਹੈ, ਹੈ ਨਾ। 40-50 ਬੰਦਾ ਆਇਆ ਹੈ। ਅਗਰ ਕੋਈ ਆਪਣੇ ਨਾਲ ਬੈਨੀਪਾਲ ਭਾਜੀ ਜਾਂ ਲਾਡੀ ਗਿੱਲ ਭਾਜੀ ਸਹੀ ਹੈ, ਤਾਂ ਹੀ ਅਸੀਂ ਇਹਨਾਂ ਨਾਲ ਖੜੇ ਹਾਂ, ਠੀਕ ਹੈ ਜੀ। ਲਾਡੀ ਜੀ, ਨਾਮ ਤੁਹਾਡਾ? ਮੇਰਾ ਨਾਮ ਹੈ ਜੀ ਲਾਡੀ ਗਿੱਲ। ਸਰ, ਤੁਸੀਂ ਅੱਜ ਸਮਾਲਾ ਪੁਲਿਸ ਸਟੇਸ਼ਨ ਆਏ, ਤੁਸੀਂ ਵੀਡੀਓ ਵਾਇਰਲ ਹੋਈ ਸੀ ਜੋ ਡਾਂਸਰ ਤੇ ਗਲਾਸ ਮਾਰਿਆ ਗਿਆ ਸੀ, ਬੜਾ ਵਿਵਾਦ ਉੱਠਿਆ, ਤੇ ਉਸ ਦੇ ਵਿੱਚ ਤੁਸੀਂ ਸੀ ਜੋ ਡਾਂਸ ਨੂੰ ਸਾਈਡ ਤੇ ਲੈ ਕੇ ਜਾ ਰਹੇ ਹੋ, ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹੁੰਦਾ ਜੀ, ਦੇਖੋ ਉਹ ਸਿਰਫ ਤੁਸੀਂ 10 ਸਕਿੰਟ ਦੀ ਵੀਡੀਓ ਦੇਖੀ ਆ ਵੀ ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ, ਉਹਦੇ ਵਿੱਚ ਪੂਰੀ ਸੱਚਾਈ ਨਹੀਂ ਹੈਗੀ। ਜਿਹੜੀ ਸੱਚਾਈ ਆ ਅਸਲੀ ਉਹ ਹੋਰ ਆ। ਕੀ ਸੱਚਾਈ ਹੈ? ਸੱਚਾਈ ਇਹ ਆ ਜੀ, ਦੇਖੋ ਉਹ ਪਾਰਟੀ ਨੇ 2-3 ਵਾਰ ਉਹਨੂੰ ਕਹਿਤਾ
ਜਿਹੜਾ ਉਹ ਕਹਿੰਦੀ ਆ ਮੈਨੂੰ ਸਟੇਜ ਤੇ ਨੱਚਣ ਨੂੰ ਹੇਠਾਂ ਕਹਿ ਰਹੇ ਸੀ, ਨਹੀਂ ਉਹ ਗੱਲ ਨਹੀਂ ਹੋਈ, ਉਹਨਾਂ ਨੇ ਇਹ ਕਿਹਾ ਜੀ ਵੀ ਸਟੇਜ ਤੋਂ ਚਲੇ ਜਾਓ ਵੀ ਆਪਣੀ ਪੇਮੈਂਟ ਲਓ ਮੈਡਮ ਜੀ, ਅਸੀਂ ਉਹ ਤੋਂ ਕੰਮ ਨਹੀਂ ਕਰਾਉਣਾ, ਤੁਸੀਂ ਘਰ ਹੀ ਚਲੇ ਜਾਓ। ਪਤਾ ਕੀ ਗੱਲ ਆ, ਉੱਥੇ ਥੋੜੀ ਜਿਹੀ ਉਹਨਾਂ ਦੀ ਆਪਸ ਵਿੱਚ ਆਣ ਬਣ ਹੋ ਗਈ ਸੀ, ਉਹਦਾ ਕੰਮ ਨਹੀਂ ਉਹਨਾਂ ਨੂੰ ਅਨਫਿਟ ਰਿਹਾ, ਤੇ ਥੋੜਾ ਜਿਹਾ ਪਤਾ ਨੀ ਡਰਿੰਕ ਕੀਤੀ ਹੋਈ ਸੀ, ਪਤਾ ਨੀ ਨਹੀਂ ਕੀਤੀ ਹੋਈ ਸੀਗੀ, ਆਪਾਂ ਇਹ ਨੀ ਕਹਿ ਸਕਦੇ। ਪਤਾ ਕੀ ਗੱਲ ਆ, ਉਹਦੇ ਵਿੱਚ ਉਹਨੂੰ ਪਾਰਟੀ ਨੇ ਉਹਨੂੰ ਕਹਿ ਤਾ ਵੀ ਤੁਸੀਂ ਘਰੇ ਜਾਓ, ਪੇਮੈਂਟ ਵੀ ਦੇ ਤੀ, ਪਾਰਟੀ ਨੇ ਬਹੁਤ ਕਿਹਾ ਕਹਿੰਦੀ ਮੈਂ ਨਹੀਂ ਜਾਣਾ, ਮੈਂ ਇੱਥੋਂ ਨਹੀਂ ਜਾਣਾ। ਨਹੀਂ ਜੀ ਬੰਦ ਸੀ, ਉਹਨੇ ਪੇਮੈਂਟ ਜਾ ਕੇ ਸਿੱਧਾ ਜਾ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤੇ ਜਿਵੇਂ ਲੋਕਾਂ ਦੇ ਵਿੱਚ ਮੈਸੇਜ ਇਹ ਆ ਕਿ ਹਾਂਜੀ ਡਾਂਸ ਨਾਲ ਗਲਤ ਕਰਦੇ ਨੇ ਲੋਕ। ਨਹੀਂ ਜੀ ਇਹੋ ਜਿਹਾ ਕੋਈ ਗੱਲ ਨੀ ਗੀ, ਕੋਈ ਪਾਰਟੀ ਵੱਲੋਂ ਇਹੋ ਜਿਹਾ ਕੋਈ ਕਲੇਮ ਹੈ ਹੀ ਨੀ ਗਾ। ਮੈਂ ਪਾਰਟੀ ਦੇ ਘੱਟੋ ਘੱਟ 40-50 ਬਕਸਾਂ ਲਾ ਚੁੱਕਿਆ ਪਹਿਲਾਂ। ਹੁਣ ਤੁਸੀਂ ਸਮਾਂ ਪੁਲਿਸ ਸਟੇਸ਼ਨ ਆਏ ਹੋ, ਕੀ ਮੰਗ ਕਰਨਾ ਹੈ? ਮੈਂ ਕਰਨਾ ਹੈ ਵੀ ਬਸ ਦੇਖੋ ਉਹਦੀ ਪੂਰੀ ਇਨਕੁਆਇਰੀ ਕੀਤੀ ਜਾਵੇ ਵੀਡੀਓ ਦੀ। ਇਹ ਨੀ ਹੁੰਦਾ ਵੀ ਇੱਕ ਪਾਸੇ ਦੇਖ ਕੇ ਕਹਿ ਦਈਏ ਵੀ ਆਪਾਂ ਦੂਜੇ ਤੇ ਕਾਰਵਾਈ ਕਰਾ ਦਈਏ, ਨਹੀਂ ਪਹਿਲਾਂ ਪੂਰੀ ਉਹਦੀ ਇਨਕੁਆਇਰੀ ਕੀਤੀ ਜਾਵੇ।